ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦਾ ਅਚਨਚੇਤ ਅਸਤੀਫਾ ਸਭ ਨੂੰ ਹੈਰਾਨ ਕਰਨ ਵਾਲਾ ਲੱਗਾ ਹੈ। ਡੰਡੀ ਅਸਤੀਫੇ ਦੀ ਵਜ੍ਹਾ ਦੀਆਂ ਪਰਤਾਂ ਹੌਲੀ ਹੌਲੀ ਕਰਕੇ ਖੁੱਲ੍ਹਣ ਲੱਗੀਆਂ ਹਨ, ਪਰ ਹਾਲੇ ਤੱਕ ਹੇਠਲੀ ਤਹਿ ਤੱਕ ਜਾਣ ਨੂੰ ਵਕਤ ਲੱਗਣਾ ਹੈ। ਡੰਡੀ ਲਾਰਡ ਸਾਹਿਬ ਦਾ ਅਸਤੀਫਾ ਪੰਜਾਬੀਆਂ ਲਈ ਇੱਕ ਨਵਾਂ ਸੰਕਟ ਵੀ ਖੜਾ ਕਰ ਸਕਦਾ ਹੈ। ਡੰਡੀ ਸੂਤਰ ਦੱਸਦੇ ਹਨ ਕਿ ਪੁਰੋਹਿਤ ਦੇ ਅਸਤੀਫੇ ਤੋਂ ਬਾਅਦ ਉਸੇ ਸ਼ਾਮ ਨੂੰ ਦਿੱਲੀ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਲਾਏ ਜਾਣ ਉੱਤੇ ਵਿਚਾਰ ਵਟਾਂਦਰਾ ਹੋਇਆ ਹੈ। ਡੰਡੀ ਪਿਛਲੇ ਕਾਫੀ ਸਮੇਂ ਤੋਂ ਚੰਡੀਗੜ੍ਹ ਦੇ ਕਮਿਸ਼ਨਰ ਦਾ ਜਿੰਮਾ ਪੰਜਾਬ ਦੇ ਰਾਜਪਾਲ ਤੋਂ ਅਲੱਗ ਕਰਨ ਦੀ ਚਰਚਾ ਛਿੜਦੀ ਆ ਰਹੀ ਹੈ। ਡੰਡੀ ਅਗਸਤ 2016 ਨੂੰ ਗ੍ਰਹਿ ਮੰਤਰਾਲੇ ਨੇ ਕੇ.ਜੇ. ਅਲਫੋਸ ਨੂੰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਲਾਏ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਡੰਡੀ ਉਦੋਂ ਖੁਸ਼ਕਿਸਮਤੀ ਹੀ ਕਹੀਏ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ, ਜਿਸ ਦੇ ਚਲਦਿਆਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਉੱਤੇ ਦਬਾਅ ਪਾ ਕੇ ਫੈਸਲਾ ਰੁਕਵਾ ਦਿੱਤਾ ਸੀ। ਡੰਡੀ ਕੇਂਦਰ ਸਰਕਾਰ ਨੂੰ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਸੌਂਪਿਆ ਹੈ ਜਾਂ ਉਹਨਾਂ ਤੋਂ ਅਸਤੀਫਾ ਲਿਆ ਗਿਆ ਹੈ ਹਾਲੇ ਤੱਕ ਸਪਸ਼ਟ ਨਹੀਂ ਹੈ। ਡੰਡੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆਲਾ ਮਿਆਰੀ ਸੂਤਰ ਦੱਸਦੇ ਹਨ ਕਿ ਪਾਰਟੀ ਦੇ ਸਥਾਨਕ ਨੇਤਾਵਾਂ ਦੀ ਨਾਰਾਜ਼ਗੀ ਦੀਆਂ ਕਨਸੋਆਂ ਦਿੱਲੀ ਤੱਕ ਪਹੁੰਚ ਗਈਆਂ ਸਨ। ਡੰਡੀ ਹੋਰ ਤਾਂ ਹੋਰ ਚੰਡੀਗੜ੍ਹ ਦੇ ਕਈ
ਨੇਤਾਵਾਂ ਨੇ ਅਸਤੀਫੇ ਦੀ ਖਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਹੈ। ਡੰਡੀ ਲੰਮੇ ਸਮੇਂ ਤੋਂ ਸ਼ਹਿਰ ਦੇ ਵਪਾਰੀ ਵੀ ਪ੍ਰਸ਼ਾਸਨ ਦੇ ਫੈਸਲਿਆਂ ਤੋਂ ਨਾ ਖੁਸ਼ ਦਿਸ ਰਹੇ ਸਨ। ਡੰਡੀ ਹਾਲੇ ਕੁਝ ਦਿਨ ਪਹਿਲਾਂ ਜਦੋਂ ਸਟੇਟ ਆਫਿਸ ਦੀ ਟੀਮ ਇੰਦਰਾ ਹੋਲੀਡੇ ਹੋਮ ਨੂੰ ਸੀਲ ਕਰਨ ਲਈ ਪਹੁੰਚੀ ਸੀ ਤਾਂ ਇਸ ਦੇ ਵਿਰੋਧ ਵਿੱਚ ਹੀ ਭਾਜਪਾ ਦੇ ਕਈ ਨੇਤਾ ਧਰਨੇ ਉੱਤੇ ਬੈਠ ਗਏ ਸਨ। ਡੰਡੀ ਸਟੇਟ ਆਫਿਸ ਦੀ ਟੀਮ ਨੂੰ ਬੇਰੰਗ ਮੁੜਨਾ ਪੈ ਗਿਆ ਸੀ। ਡੰਡੀ ਕਈ ਹੋਰ ਮਾਮਲਿਆਂ ਨੂੰ ਲੈ ਕੇ ਵੀ ਪ੍ਰਸ਼ਾਸਨਿਕ ਬਨਵਾਰੀ ਲਾਲ ਪੁਰੋਹਿਤ ਅਤੇ ਭਾਜਪਾ ਦੇ ਸਥਾਨਕ ਲੀਡਰ ਅੰਦਰੋਂ ਅੰਦਰੀ ਭਿੜਦੇ ਰਹੇ ਹਨ। ਡੰਡੀ ਨੈਕਸਟ ਮੈਸੇਜ, ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਫਸਰਸ਼ਾਹੀ ਉੱਤੇ ਪੂਰਾ ਕੰਟਰੋਲ ਰਿਹਾ। ਡੰਡੀ ਉਹ ਹਰ ਹਫ਼ਤੇ ਯੂਟੀ ਸਕੱਤਰੇਤ ਪਹੁੰਚ ਕੇ ਮੀਟਿੰਗ ਕਰਦੇ ਪਰ ਕਈ ਅਫਸਰਾਂ ਨੂੰ ਪਿੱਤਰੀ ਰਾਜਾਂ ਵਿੱਚ ਭੇਜਣ ਦੇ ਮਾਮਲੇ ਨੂੰ ਲੈ ਕੇ ਉਹ ਵਿਵਾਦਾਂ ਵਿੱਚ ਵੀ ਰਹੇ। ਡੰਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦਾ ਪਿਛਲੇ ਇੱਕ ਸਾਲ ਤੋਂ 36 ਦਾ ਅੰਕੜਾ ਚੱਲਿਆ ਆ ਰਿਹਾ ਸੀ। ਇਹ ਉਹਨਾਂ ਦੇ ਅਸਤੀਫੇ ਦੀ ਵਜ੍ਹਾ ਤਾਂ ਨਹੀਂ ਬਣਿਆ ਪਰ ਪੰਜਾਬ ਦੇ ਸਰਕਾਰੀ ਕੰਮਕਾਜਾਂ ਵਿੱਚ ਅੜਿੱਕਾ ਜ਼ਰੂਰ ਪੈਂਦਾ ਰਿਹਾ ਹੈ। ਡੰਡੀ ਪੰਜਾਬ ਦੇ ਮਾਮਲੇ ਵਿੱਚ ਰਾਜਪਾਲ ਦਾ ਸੇਵਾ ਕਾਲ ਅਕਸਰ ਚਰਚਾ ਵਿੱਚ ਰਿਹਾ ਹੈ। ਡੰਡੀ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਗਾਤਾਰ ਪੱਤਰ ਭੇਜ ਕੇ ਠਿੱਠ ਹੀ ਨਹੀਂ ਕੀਤਾ ਸਗੋਂ ਕਈ ਮਾਮਲਿਆਂ ਤੇ ਸਪਸ਼ਟੀਕਰਨ ਅਤੇ ਸਵਾਲਾਂ ਦੇ ਜਵਾਬ ਲਿਖਤੀ ਤੌਰ ਤੇ ਵੀ ਮੰਗੇ। ਡੰਡੀ ਲਓ ਜੀ ਇੱਥੇ ਆਪਣੀ ਜਿਹੜੀ ਡਿਕਟੇਸ਼ਨ ਹੈ 85 ਵਰਡ ਪਰ ਮਿੰਟ ਪਲੱਸ ਦੀ ਡਿਕਟੇਸ਼ਨ ਹੈ। ਜੇਕਰ ਤੁਹਾਨੂੰ ਡਿਕਟੇਸ਼ਨ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਡਿਕਟੇਸ਼ਨ ਜਿਹੜੀਆਂ ਕਿ ਮਿਲਦੀਆਂ ਰਹਿਣਗੀਆਂ ਸਾਡੇ ਚੈਨਲ ਨਾਲ ਜੁੜੇ ਰਹੋ। ਜੋ ਵੀ ਕੋਈ ਡਾਊਟ ਹੈ ਜਿਸ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ।